ਮੈਂ ਰਜਿੰਦਰ ਬੇਰੀ MLA ਸੈਂਟਰਲ ਕੌਂਸਟੀਚੁਐਂਸੀ ਅੱਜ ਬੈਲ ਓਵਰਸੀਜ਼ ਦਾ ਉਦਘਾਟਨ ਬੱਸ ਸਟੈਂਡ ਰੋਡ 'ਤੇ ਕਰਨ ਵਾਸਤੇ ਆਇਆ। ਮੈਨੂੰ ਬੜਾ ਮਾਣ ਹੈ ਕਿ ਮੈਂ ਜਿਸ ਜਗ੍ਹਾ 'ਤੇ ਉਦਘਾਟਨ ਕਰਨ ਆਇਆ ਭਾਟੀਆ ਸਾਹਿਬ ਦੇ ਕੋਲੋਂ ਮੈਂ ਪੜ੍ਹਦਾ ਰਿਹਾ ਔਰ ਕਾਲਜ ਟਾਈਮ ਇਹਨਾਂ ਨੇ ਮੈਨੂੰ ਜਿਸ ਸਿਸਟਮ ਦੇ ਨਾਲ ਐਜੂਕੇਸ਼ਨ ਦਿੱਤੀ ਹੈ ਇਹਨਾਂ ਦੇ ਪੰਜ ਜਿਹਿਆਂ ਦੇ ਚੜ੍ਹ ਕੇ ਅੱਜ ਜਿੱਥੋਂ ਤੱਕ ਮੈਂ ਕਾਮਯਾਬੀ ਮੇਰੀ ਸਫਲਤਾ ਹੈ ਉਹਦੇ ਵਿੱਚ ਬਹੁਤ ਵੱਡਾ ਹਿੱਸਾ ਭਾਟੀਆ ਸਾਹਿਬ ਦਾ। ਸੋ ਅੱਜ ਜੋ ਬੈਲ ਓਵਰਸੀਜ਼ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਅੱਜ ਦੇ ਇਸ ਦੌਰ ਦੇ ਵਿੱਚ ਬੱਚਿਆਂ ਦੇ ਫਿਊਚਰ ਦੇ ਲਈ, ਕਿਉਂਕਿ ਅੱਜ ਹਰ ਬੱਚੇ ਦੀ ਇੱਕੋ ਹੀ ਡਿਮਾਂਡ ਹੈ ਕਿ ਮੈਂ ਅਬਰੋਡ ਜਾ ਕੇ ਪੜ੍ਹਾਂ ਲਿਖਾਂ ਔਰ ਉੱਥੇ ਜਾ ਕੇ ਐਡਜਸਟ ਹੋਵਾਂ। ਔਰ ਬੈਲ ਓਵਰਸੀਜ਼ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਆਈਲੈਟਸ ਦਾ ਔਰ ਸਪੋਕਨ ਇੰਗਲਿਸ਼ ਦਾ ਜੋ ਇਹ ਇੰਸਟੀਟਿਊਸ਼ਨ ਖੋਲ੍ਹਿਆ, ਮੈਂ ਪਰਮਪਿਤਾ ਪਰਮਾਤਮਾ ਕੀ ਅਰਦਾਸ ਕਰਦਾ ਇਹ ਇਨਸਾਨੀਅਤ ਔਰ ਇਮਾਨਦਾਰੀ ਦੇ ਤੌਰ 'ਤੇ ਜਿੱਦਾਂ ਸਾਡੇ ਅੰਕਲ ਭਾਟੀਆ ਸਾਹਿਬ ਨੇ ਆਪਣੀ ਜ਼ਿੰਦਗੀ ਆਪਣੀ ਲਾਈਫ ਬਿਤਾਈ ਹੈ ਉਸ ਲਾਈਨ 'ਤੇ ਚੱਲ ਕੇ ਇਸ ਬੈਲ ਓਵਰਸੀਜ਼ ਨੂੰ ਕਾਮਯਾਬ ਕਰਨਗੇ ਔਰ ਬੱਚਿਆਂ ਦੇ ਫਿਊਚਰ ਦੇ ਲਈ ਆਈਲੈਟਸ ਦੇ ਜਿੰਨੇ ਮਾਰਕਸ ਆਉਂਦੇ ਆ ਉਸ ਸਿਸਟਮ ਦੇ ਨਾਲ ਹੀ ਸਾਨੂੰ ਉਦੋਂ ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਕਨੇਡਾ ਜਾਣ ਦਾ ਮੌਕਾ ਮਿਲਦਾ। ਔਰ ਜੇ ਆਈਲੈਟਸ ਦੇ ਵਿੱਚ ਵਧੀਆ ਮਾਰਕਸ ਆ ਜਾਣਗੇ, ਸਾਡੇ 6 ਤੋਂ ਲੈ ਕੇ 9 ਤੱਕ ਬੈਂਡ ਆ ਜਾਣ, ਇਸ ਤੋਂ ਵਧੀਆ ਹੋਰ ਕੋਈ ਢੰਗ ਨਹੀਂ ਗਾ। ਔਰ ਮੈਨੂੰ ਇਹ ਪੂਰੀ ਉਮੀਦ ਹੈ ਕਿ ਬੈਲ ਓਵਰਸੀਜ਼ ਓਨੈਸਟਲੀ ਔਰ ਹਾਈਲੀ ਕੁਆਲੀਫਿਕੇਸ਼ਨ ਇਹਨਾਂ ਨੇ ਜਿਹੜਾ ਸਟਾਫ ਰੱਖਿਆ ਉਹਦੇ ਨਾਲ ਬੱਚਿਆਂ ਨੂੰ ਬਹੁਤ ਫਾਇਦਾ ਹੋਊਗਾ। ਸੋ ਮੈਂ ਅੱਜ ਦੀ ਇਸ ਓਪਨਿੰਗ 'ਤੇ ਉਸ ਪਰਮਪਿਤਾ ਪਰਮਾਤਮਾ ਦਾ ਵੀ ਧੰਨਵਾਦ ਕਰਦਾ ਔਰ ਆਉਣ ਵਾਲੇ ਫਿਊਚਰ 'ਚ ਆਪਣੇ ਬੱਚੇ ਜਿਹੜੇ ਸਾਡੇ ਬੱਚੇ ਇੱਥੋਂ ਆਈਲੈਟਸ ਕਰਕੇ ਜਾਣਗੇ ਉਹਨਾਂ ਨੂੰ ਵੱਧ ਤੋਂ ਵੱਧ ਵੀਜ਼ਾ ਲੱਗੇ ਔਰ ਵਧੀਆ ਜਗ੍ਹਾ 'ਤੇ ਐਡਜਸਟ ਹੋਣ, ਮੈਂ ਇਹੀ ਪਰਮਾਤਮਾ ਅੱਗੇ ਜਾਣਾ।